बागी नाम साडा बागी जात साडी साडा बागियां वाला विहार लोको दसम पिता बागी नलुआ वीर बागी बागी साडा है पंथ परिवार लोको भगत सिंह बागी ऊधम सिंह बागी ते पिंडरां वाला है बागी सरदार लोको असी सदा ही बागी अखवांदे हां कंबू बागियां तो सरकार लोको ते कंबू बागियां तो सरकार लोको। 1 जून 1984 तो लैके 6 जून 1984 तक जो कुछ श्री अमृतसर साहिब दी धरती ते वापरिया पूरा संसार उस घल्लूघारे तो वाकब है। उन्हां लौकजे इतिहास दे पन्नियां दे वापरन दे दौरान जो कुर्बानियां बाबा ए कौम संत बाबा जरनैल सिंह खालसा भिंडरां वाले महापुरखां ने कीतियां उन्हां दे सहयोगियां ने कीतियां ओदी वीरता दा जिक्र कवीशर अमरजीत सिंह सभरावां नाल दे साथी जगजीत सिंह जोधपुरी मनप्रीत सिंह जी सैदो वाले पेश कर लगे ने। एक किरत है बड़े अजीज सत्कार योग नौजवान सज्जन भाई जसपाल सिंह जी आदि पिंड आदि जिला जलंधर वाले ਉਹਨਾਂ ਦੀ ਲਿਖਤ ਆਪ ਜੀ ਦੇ ਨਾਲ ਸਾਂਝਿਆਂ ਕਰਨ ਲੱਗਾ ਹੈ। ਸਰਵਣ ਕਰੋ ਗੜੀਆਂ ਕਮਾਦਾਂ ਵਿੱਚੋਂ ਵੈਰੀ ਦੀਆਂ ਜਾਦਾਂ ਵਿੱਚੋਂ ਕੱਲਾ ਕੱਲਾ ਸਿੰਘ ਰਹੂ ਹਜ਼ਾਰਾਂ ਵੱਲ ਘੂਰਦਾ ਹੋਰ ਕਿਸੇ ਦੇਸ਼ ਬੈਠਾ ਹੋਰ ਕਿਸੇ ਭੇਸ ਬੈਠਾ ਬੰਦਾ ਸਿੰਘ ਰਹੇਗਾ ਦੁਆਰਾਂ ਵੱਲ ਘੂਰਦਾ ਸਿੰਘ ਇੱਕ ਨਾਲ ਲੈ ਕੇ ਰਾਹਾਂ ਦੇ ਵਿਚਾਲੇ ਬਹਿ ਕੇ ਬਹੁਤਾ ਸਿੰਘ ਰਹੇਗਾ ਕੋਈ ਧਾੜਾਂ ਵੱਲ ਘੂਰਦਾ ਹਾਠੂ ਸਿੰਘ ਸੁੱਖਾ ਸਿੰਘ ਦਿਨਾਂ ਤੋਂ ਕੋਈ ਭੁੱਖਾ ਸਿੰਘ ਰਹੇਗਾ ਦੁਰਾਨੀ ਜੇ ਸ਼ਿਕਾਰਾਂ ਵੱਲ ਘੂਰਦਾ ਬਘੇਲ ਸਿੰਘ ਜੱਸਾ ਸਿੰਘ ਗੁਰੂ ਜੀ ਦਾ ਸੱਚਾ ਸਿੰਘ ਦਿੱਲੀ ਜਾਂ ਲਾਹੌਰ ਦੇ ਮਕਾਰਾਂ ਵੱਲ ਘੂਰਦਾ ਅਟਕਾਂ ਨੂੰ ਪਾਰ ਕਰ ਉੱਚਾ ਕਰਦਾਰ ਕਰ ਨਲੂਆ ਕੋਈ ਕਾਬਲ ਕੰਧਾਰਾਂ ਵੱਲ ਘੂਰਦਾ ਚਿੱਟੀ ਕੋਈ ਪੁਸ਼ਾਕ ਵਾਲਾ ਜਜ਼ਬੇ ਕੋਈ ਪਾਕ ਵਾਲਾ ਸ਼ਾਮ ਸਿੰਘ ਰਹੇਗਾ ਗਦਾਰਾਂ ਵੱਲ ਘੂਰਦਾ ਬਨ ਦਸਤਾਰ ਸਿੰਘ ਕੋਈ ਕਰਤਾਰ ਸਿੰਘ ਗੋਰਿਆਂ ਦੀ ਰਹੂ ਸਰਕਾਰਾਂ ਵੱਲ ਘੂਰਦਾ ਕੋਈ ਜਰਨੈਲ ਸਿੰਘ ਖੜਾ ਸਾਡੇ ਗੈਲ ਸਿੰਘ ਸਦਾ ਰਹੂ ਦਿੱਲੀ ਦਿਆਂ ਯਾਰਾਂ ਵੱਲ ਘੂਰਦਾ ਹੈਗੇ ਨੇ ਬੇਅੰਤ ਸਿੰਘ ਕਰਦੇ ਜੋ ਅੰਤ ਸਿੰਘ ਜਿਹੜਾ ਜਿਹੜਾ ਰਹੂ ਦਸਤਾਰਾਂ ਵੱਲ ਘੂਰਦਾ ਇਹ ਫਿਤਰਤ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸਾਜਿਆ ਖਾਲਸਾ ਪੰਥ ਹੈ ਇਹ ਜਾਂ ਆਜ਼ਾਦ ਰਹਿਣਾ ਪਸੰਦ ਕਰਦਾ ਹੈ ਜਾਂ ਫਿਰ ਬਾਗੀ ਰਹਿਣਾ ਪਸੰਦ ਕਰਦਾ ਹੈ ਵਕਤ ਦੀ ਹਕੂਮਤ ਨੇ ਜਦੋਂ ਪੰਜਾਬੀਆਂ ਦੇ ਹੱਕ ਦੱਬੇ ਆਪਣੇ ਅਧਿਕਾਰ ਦੀ ਰਾਖੀ ਕਰਨ ਵਾਸਤੇ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੇਸਰੀ ਝੰਡੇ ਦੇ ਥੱਲੇ ਸਿੱਖ ਕੌਮ ਦੇ ਬਾਂਕੇ ਗੱਭਰੂਆਂ ਨੂੰ ਇਕੱਤਰ ਕਰਕੇ ਜਦੋਂ ਹੰਕਾਰੀ ਹਕੂਮਤ ਨਾਲ ਮੱਥਾ ਲਾ ਲਿਆ ਭਾਰਤ ਦੀ ਸਰਕਾਰ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ ਆਓ ਤੱਕੀਏ ਚਾੜ ਦਿੱਤੀਆਂ ਫੌਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪੈ ਗਿਆ ਦਰਬਾਰ ਸਾਹਿਬ ਨੂੰ ਘੇਰਾ ਅਕਾਲ ਤਖ਼ਤ ਸਾਹਿਬ ਦੀ ਰਾਖੀ ਕਰਦਾ ਹੋਇਆ ਸੰਤ ਬਾਬਾ ਜਰਨੈਲ ਸਿੰਘ ਔਰ ਉਹਨਾਂ ਦੇ ਸਾਥੀ ਕਿਵੇਂ ਭਾਰਤ ਦੀ ਹੰਕਾਰੀ ਹਕੂਮਤ ਨੂੰ ਲੋਹੇ ਦੇ ਚਣੇ ਚਬਾਉਂਦੇ ਨੇ ਉਹਦਾ ਵੇਰਵਾ ਇੰਜ ਬਿਆਨ ਕੀਤਾ ਜਾ ਰਿਹਾ ਹੈ। 1 ਜੂਨ 84 ਨੂੰ ਦੁਸ਼ਮਣ ਹਰਿਮੰਦਰ ਤੇ ਚੜਿਆ ਪੁੰਨ ਦਿੱਤਾ ਯੋਧਿਆਂ ਨੇ ਜਦ ਉਹ ਪਰਿਕਰਮਾ ਵਿੱਚ ਵੜਿਆ ਨਿਸ਼ਾਨੇ ਤੇ ਮਰਦਾਂ ਪਾੜਦੀਆਂ ਸੀ ਵਖੀਆਂ ਭਾਰਤ ਦੀ ਫੌਜ ਦੀਆਂ ਦਾਤੀਆਂ ਸੀ ਸਿੰਘਾਂ ਨੇ ਫੱਕੀਆਂ ਡਰ ਲੱਗਦਾ ਸਿੱਖਾਂ ਤੋਂ ਡਰ ਲੱਗਦਾ ਸਿੱਖਾਂ ਤੋਂ ਇੰਦਰਾ ਗੱਲ ਗੱਲ ਦੇ ਨਾਲ ਕਹਿੰਦੀ ਕਿੰਜ ਪਿੰਡਰਾਂ ਵਾਲੇ ਨੂੰ ਕਰਨਾ ਖਤਮ ਸੋਚਦੀ ਰਹਿੰਦੀ ਡਰ ਉਸਦੇ ਨੂੰ ਰਫਲਾ ਸੀ ਫੌਜਾਂ ਨੇ ਚੱਕੀਆਂ ਭਾਰਤ ਦੀ ਫੌਜ ਦੀਆਂ ਦਾਤੀਆਂ ਸੀ ਸਿੰਘਾਂ ਨੇ ਫੱਕੀਆਂ ਝੱਟ ਅੰਮ੍ਰਿਤਸਰ ਨੂੰ ਸੀ ਪਾਇਆ ਆ ਫੌਜਾਂ ਨੇ ਘੇਰਾ ਸੀ ਸਣੇ ਸਾਥੀਆਂ ਦੇ ਜਿੱਥੇ ਲਾਇਆ ਸੰਤਾਂ ਡੇਰਾ ਕੀ ਕਰਨਾ ਹੈ ਵੇ ਆਉਂਦਾ ਸੀ
सी सिंगा ने फकिया अग कडन मशीन गन्ना अग कडन मशीन गन्ना वेरी दे चीथड़े उड़ दे जो नजरी पैरन दे ओना फेर जीऊं दे मुड़ दे वार दुश्मन तो लाशा नहीं जान दिया चकिया भारत दी फौज दिया दातिया सी सिंगा ने फकिया दूर में आ दुश्मन नू दिता आउन ना नेड़े तेड़े कोई जांदी पेश नहीं वेरी कर दे यतन बथेरे फौजी जर नहला नू लगिया आउन तरेलिया कचिया भारत दी फौज दिया दातिया सी सिंगा ने फकिया दिल्ली दी रानी नू वेर लश्कर बुराड़े जकिंदा लिया पंगा संताना सानू पै जाना है महंगा अबोता खाड़ कुआं साडिया फौज दिया सी फटिया भारत दी फौज दिया दातिया सी सिंगा ने फकिया जद हुंदी हार तकी दुश्मन फौज ने टैंक चलाए बख्तर बंद गड्डिया नू जानो पर करमा विच लियाए हो दुश्मन ने होता सी सारिया टपिया भारत दी फौज दिया दातिया सी सिंगा ने फकिया 6 जून 84 नू 6 जून 84 नू सूर में अंत शहीदी पा गए चमकौर गाड़ी दासी जो दे फिर इतिहास दुरा गए जसवाल नाल लिखदा शादी दान पलटना डकिया भारत दी फौज दिया दातिया सी सिंगा ने फकिया भारत दी